ਤੁਹਾਡੇ ਵਾਸਤੇ ਵਨ ਪੀਸ ਡਰੈਸ ਲੈ ਕੇ ਆਏਗੇ ਆਪਣੇ, ਉਹਦੇ ਬਾਡੀ ਪਾ ਕੇ ਵਨ ਪੀਸ ਰੈਡੀ ਕਰਨਾ ਗਾ। ਕਿਸ ਤਰ੍ਹਾਂ ਰੈਡੀ ਕਰਨਾ ਉਹ ਆਪਾਂ ਤੁਹਾਨੂੰ ਦੱਸਾਂਗੇ। ਪਹਿਲਾਂ ਸਭ ਤੋਂ ਪਹਿਲਾਂ ਉਹਦੀ ਆਪਾਂ ਕਟਿੰਗ ਸ਼ੁਰੂ ਕਰਦੇ ਹਾਂ। ਆਪਣੇ ਕੋਲ ਦੇਖੋ ਇਹ 3 ਮੀਟਰ ਕੱਪੜਾ ਗਾ, ਜੋਰਜਟ ਦੇ ਵਿੱਚ ਸਟਾਫ ਆ, ਜਰੀ ਦਾ ਇਹਦੇ ਉੱਪਰ ਵਰਕ ਕਰਿਆ ਹੋਇਆ, ਵੱਡੇ ਬਣੇ ਦੇ ਵਿੱਚ ਆ। ਦੇਖੋ ਇਹ 3 ਮੀਟਰ ਕੱਪੜਾ ਆਪਣੇ ਕੋਲ, ਇਹਦਾ ਆਪਾਂ ਵਨ ਪੀਸ ਦੀ ਕਟਿੰਗ ਕਰਨੀ ਹੈ ਵੀ ਕਿਸ ਤਰ੍ਹਾਂ ਉਹਦੀ ਕਟਿੰਗ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੀ ਬਾਡੀ ਉਤਾਰਾਂਗੇ, ਫਿਰ ਉਹ ਬਾਜੂ ਉਤਾਰਾਂਗੇ, ਫਿਰ ਆਪਾਂ ਇਹਦੇ ਨੀਚੇ ਵਾਲੀ ਜਿਹੜਾ ਪੋਰਸ਼ਨ ਹੋਊਗਾ ਆਪਾਂ ਉਹਦੀ ਕਟਿੰਗ ਕਰਾਂਗੇ। ਹੁਣ ਸਭ ਤੋਂ ਪਹਿਲਾਂ ਆਪਾਂ ਬਾਡੀ ਦੀ ਕਟਿੰਗ ਕਰਾਂਗੇ। ਜਿਹੜੀ ਵਨ ਪੀਸ ਦੇ ਵਿੱਚ ਸ਼ਰੱਗ ਦੀ ਕਟਿੰਗ ਕਰਨੀ ਹੁੰਦੀ ਹੈ, ਦੇਖੋ ਆਪਣੇ ਸ਼ਰੱਗ ਟਾਈਪ ਹੀ ਹੋਜੂਗਾ। ਦੇਖੋ ਡਰੈਸ ਇਹ ਵਨ ਪੀਸ ਜਾਊਗਾ, ਆਪਣੇ ਪੂਰਾ ਪ੍ਰੋਪਰ ਇੱਥੇ ਤੱਕ ਪੋਟਲੀ ਬਟਨ ਲਗਾਵਾਂਗੇ, ਉਹਦੇ ਬਣਾ ਕੇ ਲਗਾਵਾਂਗੇ, ਉਹਨੂੰ ਬੰਦ ਰੱਖਾਂਗੇ, ਨੀਚੇ ਤੋਂ ਆਪਣਾ ਓਪਨ ਹੋਊਗਾ। ਤੇ ਆਹ ਚੀਜ਼ ਦੇ ਉੱਪਰ ਵਲ ਪਾਉਣੇ ਆਪਣੇ ਬਰੀਕ ਬਰੀਕ, ਜਿਸ ਤਰ੍ਹਾਂ ਫਰੋਕ ਵਗੈਰਾ ਦੇ ਵਲ ਹੁੰਦੇ ਆ, ਪਰ ਇਹਨੂੰ ਆਪਾਂ ਫਰੰਟ ਦੇ ਵਿੱਚੋਂ ਓਪਨ ਰੱਖਣਾ ਗਾ। ਉਹ ਆਪਾਂ ਸਭ ਤੋਂ ਪਹਿਲਾਂ ਦੀ ਬਾਡੀ ਦੀ ਕਟਿੰਗ ਕਰਾਂਗੇ। ਦੇਖੋ ਬਾਡੀ ਦੀ ਲੈਂਥ ਆਪਾਂ ਰੱਖਾਂਗੇ 17, ਕਿਉਂਕਿ ਜਿਹਦੇ ਆਪਾਂ ਨੇ ਮੰਨ ਲਓ ਪੋਟਲੀ ਬਟਨ ਵਗੈਰਾ ਜਾਂ ਕੋਈ ਵੀ ਤੁਸੀਂ ਬਟਨ ਵਗੈਰਾ ਲਗਾ ਰਹੇ ਹੋ, ਨੀਚੇ ਤੋਂ ਓਪਨ ਰੱਖਣੀ ਆ, ਉਹਦੀ ਬਾਡੀ ਹਮੇਸ਼ਾ ਵਾਸਤੇ ਲੰਬੀ ਰੱਖਿਆ ਕਰੋ, ਜ਼ਿਆਦਾ ਸ਼ਾਰਟ ਦੇ ਵਿੱਚ ਵਧੀਆ ਨਹੀਂ ਲੱਗਦੀ, ਤਾਂ ਆਪਾਂ ਨੇ ਇਹਦੀ ਬਾਡੀ ਪ੍ਰੋਪਰ 17 ਇੰਚ ਲੰਬੀ ਰੱਖਾਂਗੇ। ਹੁਣ ਦੇਖੋ ਆਪਾਂ ਨੇ ਪ੍ਰੋਪਰ 17 ਇੰਚ ਹੀ ਨਹੀਂ ਕੱਟਣੀ ਹੈਗੀ, 17 ਇੰਚ ਆਪਣੇ ਰੈਡੀ ਰੱਖਣੀ ਆ, ਤਾਂ ਆਪਾਂ 1 ਇੰਚ ਦਾ ਮਾਰਜਨ ਦਾ ਲੈ ਕੇ 18 ਇੰਚ ਤੋਂ ਇਹਨੂੰ ਕਟਿੰਗ ਕਰ ਦਾਂਗੇ। ਪਹਿਲਾਂ ਜੀ ਆਪਾਂ ਨੀਚੇ ਤੋਂ ਫਿਨਿਸ਼ਿੰਗ ਦੇਣੀ ਹੈਗੀ, 18 ਇੰਚ ਦਾ ਪੀਸ ਉਤਾਰ ਲੂੰਗੀ। ਦੇਖੋ ਇਸ ਤਰ੍ਹਾਂ ਇਹ ਆਪਣੀ ਹੋ ਗਈ ਬਾਡੀ ਦਾ। ਸਭ ਤੋਂ ਪਹਿਲਾਂ ਆਪਾਂ ਬਾਡੀ ਦੀ ਕਟਿੰਗ ਕਰਾਂਗੇ। ਦੇਖੋ ਦੇਖੋ ਆਪਾਂ ਇਧਰਲਾ ਪਾਸਾ ਹੈਗਾ ਤਾਂ ਪਲੇਨ ਦਿੱਤਾ ਹੋਇਆ, ਪਰ ਆਪਣੇ ਜਦੋਂ ਪਲੇਟਾਂ ਵਗੈਰਾ ਪੈਣਗੀਆਂ, ਕਮਰ ਇਹਨਾਂ ਦੀ ਘੱਟ ਆ ਗਈ ਤਾਂ ਉਹ ਆਪਣਾ ਵਿੱਚ ਐਡਜਸਟ ਹੋ ਜੂਗਾ, ਤਾਂ ਆਪਾਂ ਇਧਰੋਂ ਸਾਈਡ ਤੋਂ ਵੀ ਇਹਦੀ ਕਟਿੰਗ ਕਰ ਦਾਂਗੇ, ਕਿਉਂਕਿ ਵੱਡੇ ਪਣੇ ਦੇ ਵਿੱਚ ਪੀਸ ਆਪਾਂ ਨੇ 1 ਲੈਂਥ ਉਤਾਰ ਲਈ ਇਹਦੀ। ਇਹਨੂੰ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਕੇ ਰੱਖਾਂਗੇ, ਤੇ ਇਹਦੇ ਆਪਾਂ ਨੇ ਨੈਕ ਵੀ ਲਗਾਉਣਾ ਗਾ। ਦੇਖੋ ਆਪਾਂ ਗਲਾ ਵਗੈਰਾ ਡੀਪ ਨਹੀਂ ਬਣਾਉਣਾ, ਇਹਦਾ ਹਾਈ ਨੈਕ ਗਲਾ ਬਣਾਵਾਂਗੇ। ਤੁਹਾਨੂੰ ਦੱਸਾਂਗੇ ਆਪਾਂ ਇਹਦਾ ਤੀਰਾ ਇੰਨੀ ਛਾਤੀ ਨੂੰ ਕਿੰਨੇ ਇੰਚ ਤੀਰਾ ਤੁਸੀਂ ਪਾ ਸਕਦੇ ਹੋਗੇ, ਕਿਉਂਕਿ ਆਪਣੇ ਕੋਲ ਇਹ ਸੂਟ ਦਾ ਪ੍ਰੋਪਰ ਨਾਪ ਨਹੀਂ ਹੈਗਾ, ਆਪਾਂ ਚੈਸਟ ਦੇ ਹਿਸਾਬ ਨਾਲ ਇਹਦਾ ਤੀਰਾ ਪਾਵਾਂਗੇ। ਤੁਹਾਨੂੰ ਦੱਸਾਂਗੇ ਆਪਾਂ ਵੀ ਇੰਨੀ ਛਾਤੀ ਵਾਲੇ ਨੂੰ ਤੁਸੀਂ 1 ਇੰਚ ਤੀਰਾ ਪਾ ਸਕਦੇ ਹੋਗੇ। ਮੰਨ ਲਓ ਲੈਂਥ ਆਪਾਂ ਨੇ ਦੇਖੋ ਲੈਤੀ ਹੋਈ ਹੈਗੀ 18 ਇੰਚ, ਹੁਣ ਆਪਾਂ ਤੀਰਾ ਪਾਉਣਾ। ਮੰਨ ਲਓ ਇਹਨਾਂ ਦੀ ਛਾਤੀ ਦੇ ਵਿੱਚੋਂ 20.5 ਇੰਚ ਆਉਂਦਾ, ਕਮਰ ਚੋਂ ਵੀ 17.5 ਆਉਂਦਾ। ਇਹਦੀ ਕਮਰ ਦੇਖੋ ਆਪਾਂ ਨੇ ਇਹਦਾ ਨਾਪ ਲੈਣਾ, ਲੰਬੀ ਵਾਡੀ ਆ। ਆਮ ਦੇਖੋ ਆਪਣੇ ਬਲਾਊਜ਼ ਦੀ ਲੈਂਥ ਹੁੰਦੀ ਆ 15-16, ਤਾਂ ਆਪਾਂ ਕਮਰ ਦਾ ਨਿਸ਼ਾਨ ਉੱਥੋਂ ਲਗਾਉਣੇ ਹੁੰਦੇ ਆ, ਪਰ ਇਹ ਆਪਾਂ ਰੱਖੀਏ ਲੌਂਗ, ਇਹਦਾ ਨੀਚੇ ਤੋਂ ਬਣੂਗਾ ਇਹ ਲੌਂਗ, ਕਿਉਂਕਿ ਓਪਨ ਰਹਿਣਾ ਨੀਚੇ ਤੋਂ ਇਹਨੇ। ਆਪਾਂ ਨੇ ਜਿਹੜੀ ਫਿਟਿੰਗ ਦੇਣੀ ਆ ਉਹ ਜਿੱਥੇ ਆਪਣੇ ਬਲਾਊਜ਼ ਦੀ ਫਿਟਿੰਗ ਹੁੰਦੀ ਆ, ਜਿਵੇਂ 15-16 ਤੇ ਕਮਰ ਦੀ ਫਿਟਿੰਗ ਆਪਾਂ ਨੇ ਉੱਥੋਂ ਦੇਣੀ ਹੋਊਗੀ, ਨੀਚੇ ਤੋਂ ਰਹਿ ਜੂਗਾ ਇਹ ਓਪਨ। ਹੁਣ ਦੇਖੋ ਆਪਾਂ ਇਹਦਾ ਤੀਰੇ ਦਾ ਨਿਸ਼ਾਨ ਲਗਾਵਾਂਗੇ, ਆਪਾਂ ਲਗਾਵਾਂਗੇ ਇਹਨਾਂ ਦੇ ਤੀਰੇ ਦਾ ਨਿਸ਼ਾਨ 17 ਇੰਚ ਤੇ, ਕਟਾਈ ਦਾ 17 ਇੰਚ ਤੀਰੇ ਦਾ ਨਿਸ਼ਾਨ ਪਾਵਾਂਗੇ, 20.5 ਇੰਚ ਇਹ ਛਾਤੀ ਦਾ, ਕਿਉਂਕਿ ਇਹਦੇ ਹਾਈ ਨੈਕ ਬੈਨ ਲਾਉਣਾ ਆਪਾਂ ਨੇ ਉੱਪਰ। ਤਾਂ ਨੀਚੇ ਨੂੰ ਦੇਖੋ ਜਿਵੇਂ ਇਹਦੇ ਆਪਾਂ ਗੋਲ ਨਹੀਂ ਹੈਗਾ ਇੱਥੋਂ ਸਾਈਡ ਤੋਂ, ਤਾਂ ਆਪਾਂ ਇਹਦੇ ਨੈਕ ਵੀ ਲਗਾਉਣਾ ਗਾ, ਤਾਂ ਇਹਨਾਂ ਦੇ ਜਦੋਂ ਮੋਢੇ ਦਾ ਨਿਸ਼ਾਨ ਆਪਾਂ 6.5 ਲਗਾਵਾਂਗੇ ਤਾਂ ਉੱਪਰੋਂ ਆਪਾਂ ਨੇ 1/2 ਇੰਚ ਉਤਾਰਨਾ ਹੋਊਗਾ, ਤਾਂ ਆਪਣਾ ਮੋਢਾ ਘੱਟ ਜੂਗਾ, ਤਾਂ ਕਰਕੇ ਆਪਾਂ ਇਹਦੇ 7 ਇੰਚ ਮੋਢੇ ਦਾ ਨਿਸ਼ਾਨ ਲਗਾਉਣਾ ਗਾ, ਵੱਧ ਲਗਾਵਾਂਗੇ ਆਮ ਨਾਲੋਂ। ਤਾਂ ਛਾਤੀ ਦੇ ਵਿੱਚੋਂ ਦੇਖੋ ਇਹ 20.5 ਆ, ਤਾਂ ਆਪਾਂ 1/2 ਇੰਚ ਇਹਦਾ ਵੀ ਲੈ ਕੇ ਚੱਲਣਾ ਗਾ। ਉਸੇ ਤਰੀਕੇ ਨਾਲ ਹੀ ਦੇਖੋ ਆਪਣਾ ਉੱਪਰ ਮਾਰਜਨ ਆਉਣਾ ਗਾ, ਇਹ ਵੀ ਆਪਾਂ ਨੇ 1/2 ਇੰਚ ਵੱਧ ਲੈਣਾ ਗਾ। ਤਾਂ ਜਿਵੇਂ 20.5 ਇੰਚ ਆਉਂਦਾ ਤਾਂ ਮੈਂ 21 ਤੇ ਨਿਸ਼ਾਨ ਲਗਾਉਂਗੀ ਦੇਖੋ ਇਹਦਾ, ਕਿ ਦੋਨੋਂ ਸਾਈਡਾਂ ਤੇ 1/2 ਇੰਚ ਆਪਣਾ ਮਾਰਜਨ ਦੇ ਵਿੱਚ ਜਾਊਗਾ, 2 ਇੰਚ ਆਪਾਂ ਨੇ ਲੂਜਿੰਗ ਪਾਉਣੀ ਆ। ਦੇਖੋ ਮੈਂ ਇੱਥੋਂ ਤੀਰੇ ਦਾ ਨਿਸ਼ਾਨ 17 ਇੰਚ ਲਗਾਇਆ, 17 ਇੰਚ ਲਗਾਇਆ ਗਾ, ਆਮ ਆਪਣੇ 16.5 ਇੰਚ ਪਾਉਣਾ। ਦੇਖੋ 1/2 ਇੰਚ ਮੈਂ ਵੱਧ ਲੈਤਾ, ਕਿਉਂਕਿ ਜਦੋਂ ਆਪਾਂ ਕਟਿੰਗ ਵੇਲੇ ਤੋਂ ਸੈਂਟਰ ਦੇ ਵਿੱਚ ਉਹ ਕਰਾਂਗੇ ਤਾਂ ਉਹਦੇ ਵਿੱਚ ਪੋਟਲੀ ਬਟਨ ਲਗਾਉਣ ਵੇਲੇ ਮਾਰਜਨ ਆਊਗਾ, ਉਹਦੇ ਵਿੱਚ ਚਲਾ ਜਾਊਗਾ। ਤਾਂ ਇੱਥੋਂ ਮੈਂ ਲਗਾਉਂਗੀ
1 ਇੰਚ ਘੱਟ ਤਾਂ 16 ਇੰਚ ਤੇ ਨਿਸ਼ਾਨ ਲਗਾਉਂਗੀ। ਇਹ ਦੇਖੋ ਜੇ ਆਪਾਂ ਨੈਕ ਲਗਾਵਾਂਗੇ, ਜੇ ਆਪਾਂ ਸਿੱਧਾ ਨਿਸ਼ਾਨ ਲਗਾਤਾ ਤਾਂ ਜਿਹੜੀਆਂ ਆਹ ਚੀਜ਼ਾਂ ਤੇ ਇੱਥੇ ਮੰਨ ਲਓ ਆਹ ਚੀਜ਼ਾਂ ਤੇ ਬਲ ਪੈਣਗੇ, ਆਪਾਂ ਨੇ ਉਹ ਚੀਜ਼ ਨਹੀਂ ਪੈਪ ਕਰਨੀ ਹੈਗੀ, ਤਾਂ ਇੱਥੋਂ ਸ਼ੇਪ ਪ੍ਰੋਪਰ ਦੇ ਦੂੰਗੀ। ਦੇਖੋ ਇਹ ਕੱਪੜਾ ਪਤਲਾ ਚਾਕ ਨਾ ਬਿਜਦੀ ਨਿਕਲ ਰਿਹਾ ਪ੍ਰੋਪਰ, ਤੁਹਾਨੂੰ ਕਈ ਵਾਰ ਨਜ਼ਰ ਵੀ ਨਹੀਂ ਆਉਂਦਾ ਹੋਣਾ। ਆਪਾਂ ਦੇਖੋ ਇੱਥੋਂ ਤੀਰੇ ਤੋਂ 1 ਇੰਚ ਘੱਟ ਦਾ ਨਿਸ਼ਾਨ ਲਗਾਉਣਾਗਾ, ਇੱਥੋਂ 17 ਲਗਾਇਆ ਤਾਂ ਆਪਾਂ ਇੱਥੋਂ 16 ਤੇ ਨਿਸ਼ਾਨ ਲਗਾਵਾਂਗੇ, ਫਿਰ ਇਹਦੀ ਪ੍ਰੋਪਰ ਰਾਊਂਡ ਦੇ ਵਿੱਚ ਗਲਾਈ ਦੇਣੀ ਆ। ਹੁਣ ਆਪਾਂ ਕਮਰ ਚੋਂ ਰੱਖਣਾ ਇਹ 17.5। ਦੇਖੋ 17.5 ਆਪਾਂ ਤੁਹਾਨੂੰ ਦੱਸਿਆ ਵੀ ਬਲਾਊਜ ਦੀ ਲੈਂਥ ਜਿਵੇਂ ਆਪਣੀ 15-16 ਹੁੰਦੀ ਆ, ਉਹਦੇ ਹਿਸਾਬ ਨਾਲ 17.5 ਇੱਥੇ ਬਣੂਗਾ, 3 ਇੰਚ ਆਪਾਂ ਇੱਥੋਂ, ਤਾਂ ਇਹਨੂੰ ਆਪਾਂ ਪ੍ਰੋਪਰ ਮਿਲ ਲਾਂਗੇ। ਕਿੰਨਾ ਰਹਿ ਗਿਆ? 24 ਰਹਿੰਦਾ, ਤਾਂ ਆਪਾਂ ਇੱਥੇ ਸਿੱਧਾ ਨਿਸ਼ਾਨ ਲਗਾ ਕੇ ਇਹਦੀ ਇੱਥੋਂ ਕਟਿੰਗ ਕਰ ਦਾਂਗੇ। ਦੇਖੋ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਪਲੇਟ ਵਗੈਰਾ ਪਾਵਾਂਗੇ ਤਾਂ ਜਦੋਂ ਫਿਟਿੰਗ ਦਾ ਨਿਸ਼ਾਨ ਲਗਾਉਣਾ ਹੋਊਗਾ ਤਾਂ ਆਪਾਂ ਕਮਰ ਦੇ ਹਿਸਾਬ ਨਾਲ ਇੱਥੋਂ ਸ਼ੇਪ ਦੇਣੀ ਆ। ਇੱਥੋਂ ਨੀਚੇ ਤੋਂ ਇਹ ਓਪਨ ਰਹਿ ਜੂ, ਇਹਦੇ ਵਿੱਚ ਹਿੱਪ ਵਗੈਰਾ ਦਾ ਕੋਈ ਚੱਕਰ ਨਹੀਂ ਹੈਗਾ। ਦੇਖੋ ਆਪਣੇ ਆਹ ਤੀਰੇ ਦਾ ਨਿਸ਼ਾਨ ਲਗਾਇਆ, 1 ਇੰਚ ਆਪਾਂ ਇਹਦਾ ਘੱਟ ਲਗਾਇਆ, ਤੀਰਾ ਆਪਾਂ ਇਹਨਾਂ ਦਾ ਕਟਾਈ ਦਾ 17 ਇੰਚ ਪਾਇਆ ਗਾ, 20.5 ਇੰਚ ਛਾਤੀ ਨੂੰ, ਨੀਚੇ ਨੂੰ ਆਪਾਂ ਨੇ 7 ਇੰਚ ਦਾ ਨਿਸ਼ਾਨ ਲਗਾਇਆ, ਫਿਰ ਆਪਾਂ ਨੇ ਫਿਟਿੰਗ ਦਾ ਲਗਾਇਆ ਉਸੇ ਤਰ੍ਹਾਂ, ਫਿਰ ਆਪਾਂ ਨੇ ਜਿਸ ਤਰ੍ਹਾਂ ਗੁਲਾਈ ਦਿੰਦੇ ਹੁੰਦੇ ਹਾਂ ਉਸੇ ਹਿਸਾਬ ਨਾਲ ਆਪਣੇ ਗੁਲਾਈ ਦਿੱਤੀ ਆ। ਹੁਣ ਆਪਾਂ ਇਹਦੀ ਇੱਥੋਂ ਕਟਿੰਗ ਕਰਾਂਗੇ। ਦੇਖੋ ਆਪਣੇ ਦੋਨੋਂ ਪੱਲੇ ਉਠਾ ਕੇ ਇਸ ਤਰ੍ਹਾਂ ਇਹਦੀ ਕਟਿੰਗ ਕਰਨੀ ਆ, ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਅਸੀਂ ਸਿੱਧੀ ਕਟਿੰਗ ਦੱਸ ਦਿਆਂਗੇ। ਦੇਖੋ ਇਹਦੇ ਵਿੱਚ ਕੋਈ ਵੀ ਅਸੀਂ ਇੱਦਾਂ ਦਾ ਹੈ ਨਹੀਂ ਗਾ ਵੀ ਤੁਹਾਨੂੰ ਨਾ ਦੱਸਾਂਗੇ, ਪ੍ਰੋਪਰ ਜਿਸ ਤਰ੍ਹਾਂ ਅਸੀਂ ਸ਼ਰਟ ਨੂੰ ਰੈਡੀ ਕਰਦੇ ਹਾਂ ਉਸੇ ਹਿਸਾਬ ਦੇ ਨਾਲ ਤੁਹਾਨੂੰ ਇਹਦੀ ਕਟਿੰਗ ਦੱਸ ਦਿਆਂਗੇ। ਆਪਾਂ ਇਸੇ ਤਰ੍ਹਾਂ ਆਪਾਂ ਇਹਨੂੰ 1/2 ਇੰਚ ਨੀਚੇ ਨੂੰ ਡਾਊਨ ਕਰ ਦਾਂਗੇ। ਦੇਖੋ ਆਹ ਆਪਣਾ ਹੋ ਗਿਆ ਫਰੰਟ ਵਾਲਾ, ਹੁਣ ਆਪਾਂ ਨੇ ਨੈਕ ਦੀ ਸ਼ੇਪ ਦੇਣੀ ਹੈ ਤੇ ਹਾਈ ਨੈਕ ਲਗਾਉਣਾ, ਤੁਸੀਂ 1/2 ਇੰਚ ਦੀ ਢਾਲ ਦੇਣੀ ਹੈ ਜੀ। ਇਸ ਤਰ੍ਹਾਂ ਮੈਂ ਆਪਣੇ ਵੱਲ ਮੂੰਹ ਕਰਕੇ ਰੱਖ ਲੂੰਗੀ ਇਹਨੂੰ। ਹੁਣ ਆਪਾਂ ਨੇ ਦੇਖੋ ਇਹਦੀ ਗਲਾਈ ਪਾਉਣੀ ਆ, ਮੈਂ 3 ਇੰਚ ਦੀ ਗਲਾਈ ਦੇਣੀ ਹੈ, ਸ਼ੇਪ ਦੇਣੀ ਹੈ, ਮੰਨ ਲਓ 3 ਇੰਚ ਦਾ ਉੱਪਰੋਂ ਹਿੱਸਾ ਲੈਤਾ ਆਪਾਂ ਇਹਦੇ ਹਾਈ ਨੈਕ ਲਾਉਣ ਵਾਸਤੇ, ਜਿਹੜੀ ਨੀਚੇ ਨੂੰ ਆਪਾਂ ਲਵਾਂਗੇ ਉਹ ਲਵਾਂਗੇ 3 ਇੰਚ ਦਾ। ਹੁਣ ਇਹਨੂੰ ਆਪਾਂ ਇਸ ਤਰ੍ਹਾਂ ਸ਼ੇਪ ਦੇਣੀ ਆ, ਹਾਈ ਨੈਕ ਇਹਦਾ ਆਪਾਂ ਖੜਮੇ ਵਾਲਾ ਲਗਾਵਾਂਗੇ, ਨੀਚੇ ਬੈਠਵਾਂ ਬੈਂਡ ਨਹੀਂ ਲਗਾਉਣਾ, ਜਿਸ ਤਰ੍ਹਾਂ ਬੰਗਾਲੀ ਕੁੜਤਿਆਂ ਦੇ ਜੈਂਟਸ ਤੇ ਲੱਗਿਆ ਹੁੰਦਾ, ਦੇਖੋ ਉਸ ਤਰੀਕੇ ਨਾਲ ਆਪਾਂ ਨੇ ਪ੍ਰੋਪਰ ਖੜਮਾ ਬੈਂਡ ਲਗਾਵਾਂਗੇ ਇਹਦੇ। ਇਹ ਸੀ ਆਪਣੀ ਬਾਡੀ ਦੀ ਕਟਿੰਗ, ਹੁਣ ਆਪਾਂ ਉਸੇ ਕੱਪੜੇ ਦੇ ਨਾਲ ਇਹਦੀ ਬਾਜੂ ਉਤਾਰਾਂਗੇ। ਦੇਖੋ ਆਪਾਂ ਨੇ ਬਾਜੂ ਦੀ ਲੈਂਥ ਇਹਦੀ 20 ਇੰਚ ਰੱਖਣੀ ਆ, ਤਾਂ ਆਪਾਂ 21.5 ਇੰਚ ਤੋਂ ਇਹਦੀ ਕਟਿੰਗ ਕਰ ਦਾਂਗੇ। ਆਪਾਂ 1.5 ਇੰਚ ਵੱਧ ਲੈਂਦੇ ਹੁੰਦੇ, ਜਦੋਂ ਸਿੰਪਲ ਫੋਲਡਿੰਗ ਕਰਨੀ ਹੁੰਦੀ ਆ, ਕੋਈ ਪਾਈਪਿੰਗ ਵਗੈਰਾ ਨਹੀਂ ਲਗਾਉਣੀ, ਤਾਂ ਆਪਾਂ 1.5 ਇੰਚ ਵੱਧ ਲੈਂਦੇ ਹੁੰਦੇ। ਦੇਖੋ ਹੁਣ ਆਪਾਂ ਇਹਨਾਂ ਦੇ ਮੋਢਾ ਪਾਉਣਾ ਗਾ 9 ਇੰਚ। ਇਸ ਤਰ੍ਹਾਂ ਮੈਂ ਬਰਾਬਰ ਕਰਕੇ ਰੱਖ ਲੂੰਗੀ, ਦੇਖੋ ਮੈਂ 10 ਤੇ ਨਿਸ਼ਾਨ ਲਗਾਉਂਗੀ ਇਸ ਤਰ੍ਹਾਂ। ਹੁਣ ਆਪਾਂ ਅੱਗੇ ਤੋਂ ਬਾਜੂ ਰੱਖਣੀ ਹੈਗੀ, ਰੇ ਵੀ ਰੱਖਣੀ, ਆਪਾਂ ਨੇ ਜ਼ਿਆਦਾ ਕੋਈ ਉਹ ਨਹੀਂ ਰੱਖਣੀ ਹੈਗੀ, 9.5 ਇੰਚ ਦੇ ਨਿਸ਼ਾਨ ਲਗਾਉਂਗੀ, 1.5 ਇੰਚ ਆਪਾਂ ਫੋਲਡਿੰਗ ਦਾ ਦੇਣਾ। ਹੁਣ ਆਪਾਂ ਨੇ ਫੱਟੀ ਦੀ ਸ਼ੇਪ ਪਾਉਣੀ ਆ, ਦੇਖੋ ਕਿਉਂਕਿ ਬਾਜੂ ਫਿਟਿੰਗ ਵਾਲੀ ਲੈ ਕੇ ਜਾਣੀ ਆ। ਹੁਣ ਦੇਖੋ ਜਦੋਂ ਆਪਾਂ ਨੇ ਇਹਦਾ ਨੈਕ ਵਗੈਰਾ ਨਹੀਂ ਲਗਾਉਣਾ ਹੁੰਦਾ, ਦੇਖੋ ਮੇਨ ਚੀਜ਼ ਆ ਇਹਦੇ ਵਿੱਚ ਇਹ ਆ ਕਿ ਜਿਨ੍ਹਾਂ ਦੇ ਨੈਕ ਲੱਗਦਾ ਹੁੰਦਾ ਦੇਖੋ ਉਹਨਾਂ ਦੀ ਜਿਹੜੀ ਢਾਲ ਆਪਾਂ ਨੇ ਇਹ ਘੱਟ ਪਾਉਣੀ ਆ, ਕਿਉਂਕਿ ਜੇ ਆਪਾਂ ਨੇ ਢਾਲ ਜ਼ਿਆਦਾ ਵੱਧ ਤਾਂ ਜਿਹੜੀ ਬਾਜੂ ਦਾ ਖਿਚਾਅ ਹੋਊਗਾ, ਦੇਖੋ ਜਿਹੜੀ ਆਹ ਸਿਉਣ ਹੋਊਗੀ ਉਹ ਕੀ ਹੋਊਗੀ, ਅੰਦਰ ਅੰਦਰ ਵੱਲ ਨੂੰ ਖਿੱਚੀ ਜਾਂਦੀ ਹੈਗੀ। ਤਾਂ ਜਦੋਂ ਵੀ ਤੁਸੀਂ ਕੋਈ ਸ਼ਰਟ ਦੇ ਨੈਕ ਲਗਾ ਰਹੇ ਹੋ ਤਾਂ ਜਿਹੜੀ ਉਹਦੀ ਆਹ ਢਾਲ ਪਾਉਣੇ ਨੇ, ਦੇਖੋ ਆਪਣੇ ਨੀਚੇ ਨੂੰ ਡਾਊਨ ਕਰਨਾ ਹੁੰਦਾ ਗਾ, ਉਹ ਆਮ ਸ਼ਰਟਾਂ ਦੇ ਨਾਲੋਂ ਘੱਟ ਕਰਨਾ। ਜਿਵੇਂ ਆਮ ਆਪਾਂ 3.5-4 ਦੀ ਢਾਲ ਲੈਣੇ ਨੇ, ਤਾਂ ਆਪਾਂ ਇਹਦੇ 3 ਦੀ ਲਵਾਂਗੇ। ਦੇਖੋ ਇਸ ਤਰ੍ਹਾਂ ਜਿਹੜੀ ਆਪਣੇ ਆ ਢਾਲ ਪਾਉਣੀ ਆ 3 ਇੰਚ ਦੀ ਪਾਵਾਂਗੇ। ਜਦੋਂ ਤੁਸੀਂ ਵੀ ਕੋਈ ਵੀ ਸ਼ਰਟ ਨੈਕ ਵਾਲੀ ਰੈਡੀ ਕਰ ਰਹੇ ਹੋਗੇ ਉਹਨਾਂ ਵਾਸਤੇ ਇਹ ਵੀ ਆ, ਦੇਖੋ
3 ਇੰਚ ਦੀ ਆਪਾਂ ਨੇ ਢਾਲ ਦਿੱਤੀ ਆ। ਇਹਦੇ ਨਾਲ ਜਿਹੜੀ ਆਪਣੀ ਆਹ ਬਾਜੂ ਦੀ ਸਿਲਾਈ ਹੁੰਦੀ ਹੈ ਇਹਦੇ ਨਾਲ ਖਿੱਚ ਨਹੀਂ ਮਾਰਦੀ ਹੈਗੀ ਬਿਲਕੁਲ ਵੀ। ਜੇ ਆਪਾਂ ਨੇ ਜ਼ਿਆਦਾ ਕਰਤਾ ਨਾਲ ਤਾਂ ਆਪਣੇ ਬੈਕ ਤੋਂ ਸ਼ਰਟ ਦਾ ਖਿੱਚ ਪੈਂਦੀ ਆ ਅਤੇ ਨਾਲੇ ਆਪਣੀ ਜਿਹੜੀ ਆਹ ਸਿਲਾਈ ਆ ਅੰਦਰ ਵੱਲ ਨੂੰ ਖਿੱਚੀ ਜਾਂਦੀ ਆ। ਇਸੇ ਤਰ੍ਹਾਂ ਆਪਾਂ ਨੇ ਆਹ ਮੋਢੇ ਦਾ ਨਿਸ਼ਾਨ ਲਗਾ ਦੇਣਾ ਗਾ। ਇਸੇ ਤਰ੍ਹਾਂ ਆਪਾਂ ਨੇ ਦੇਖੋ 2 ਪੱਲੇ ਉਠਾਉਣੇ ਆ ਉੱਪਰ ਵਾਲੇ ਬਾਜੂ ਦੇ, ਤਾਂ ਇਹਦੇ ਵਿੱਚ ਗਲਾਈ ਪਾ ਦਾਂਗੇ। ਇਹ ਬਿਲਕੁਲ ਰਾਊਂਡ ਦੇ ਵਿੱਚ ਹੋਣੀ ਚਾਹੀਦੀ ਹੈ। ਦੇਖੋ ਸਾਈਡਾਂ ਤੋਂ ਆਪਾਂ ਤਿਰਛੀ ਪਾਉਣੀ ਆ ਇਸ ਤਰੀਕੇ ਦੇ ਨਾਲ, ਇੱਕੋ ਦਮ ਵੀ ਨਹੀਂ ਲੈ ਕੇ ਜਾਣੀ ਹੈਗੀ, ਤਿਰਛੀ ਇੱਧਰੋਂ ਲੈ ਕੇ ਜਾਣੀ ਹੈ, ਆਹ ਸਾਈਡ ਤੋਂ ਵੀ ਤਿਰਛੀ ਰੱਖਣੀ ਆ ਆਪਣੇ, ਜਿਹੜੀ ਸੈਂਟਰ ਦੇ ਵਿੱਚੋਂ ਆ ਗਲਾਈ ਪਾਉਣੀ ਆ। ਇਹ ਸੀ ਆਪਣੀ ਬਾਜੂ ਦੀ ਕਟਿੰਗ। ਹੁਣ ਆਪਣੇ ਕੋਲ ਦੇਖੋ ਆਹ ਵਾਲਾ ਪੀਸ ਬਚਿਆ ਗਾ, ਇਹਦਾ ਆਪਾਂ ਨੀਚੇ ਵਾਲਾ ਹਿੱਸਾ ਰੈਡੀ ਕਰਨਾ ਗਾ। ਉਹ ਤੁਸੀਂ ਕਿਸ ਤਰ੍ਹਾਂ ਲਓਗੇ, ਮੰਨ ਲਓ ਆਪਾਂ ਨੇ ਪੂਰਾ ਘੇਰ ਬਣਾਉਣਾ ਗਾ, ਦੇਖੋ ਇਹਦਾ ਸਾਈਡਾਂ ਨੇ ਜਿਹੜੀਆਂ ਪਲੇਨ ਨੇ ਉਹ ਆਪਾਂ ਇਹਦੀਆਂ ਨਿਕਾਲ ਦਾਂਗੇ, ਆਹ ਵਾਲੀਆਂ ਨੇ ਜਿਹੜੀਆਂ ਪਲੇਨ ਸਾਈਡਾਂ ਤੋਂ ਕੱਪੜਾ ਆਪਾਂ ਉਤਾਰ ਦੇਣਾ ਗਾ। ਹੁਣ ਸਭ ਤੋਂ ਪਹਿਲਾਂ ਆਪਾਂ ਲੈਂਥ ਦੇਖੋ ਕਿਸ ਤਰ੍ਹਾਂ ਮਿਣਾਂਗੇ ਇਹਦੀ। ਆਪਾਂ ਨੇ ਮੰਨ ਲਓ 40-48 ਦੇ ਕਰੀਬ ਆਪਾਂ ਨੇ ਲੈਂਥ ਰੈਡੀ ਰੱਖਣੀ ਹੈ ਇਹਦੀ। ਪੱਕੇ ਨਾਪ ਦੇ ਵਿੱਚ ਬਣਾ ਰਹੇ ਹਾਂ, ਪ੍ਰੋਪਰ ਆਪਣੇ ਕੋਲ ਨਾਪ ਨਹੀਂ ਹੈਗਾ ਦੇਖੋ ਇਹ ਸ਼ਰਟ ਦਾ, ਤਾਂ ਆਪਾਂ ਇਹਨੂੰ ਮੰਨ ਲਓ ਦੇਖੋ ਜਿੰਨੀ ਆਪਾਂ ਨੇ ਬਾਡੀ ਦੀ ਲੈਂਥ ਕੱਢੀ ਆ, ਆਪਾਂ ਨੇ 17 ਇੰਚ ਬਾਡੀ ਰੈਡੀ ਰੱਖਣੀ ਆ, ਤਾਂ ਤੁਸੀਂ ਦੇਖੋ ਇਸ ਤਰ੍ਹਾਂ ਦੇ 17 ਇੰਚ ਉੱਪਰ ਕੱਢੋਗੇ ਆਹ ਚੀਜ਼, ਕਿਉਂਕਿ ਰੈਡੀ ਰੱਖਣੀ ਆ ਆਪਣੇ ਬਾਡੀ 17 ਇੰਚ, ਤਾਂ ਮੈਂ ਇਸ ਤਰ੍ਹਾਂ ਉੱਪਰ ਕੱਢ ਕੇ 17 ਅਤੇ ਜਿੰਨੀ ਤੁਸੀਂ ਨੀਚੇ ਤੋਂ ਇਹਨੂੰ ਫੋਲਡਿੰਗ ਕਰਨੀ ਆ, ਇੰਚ ਦਾ ਮਾਰਜਨ ਦੇ ਕੇ ਕਰਨੀ ਆ, 2 ਇੰਚ ਦਾ ਦੇਣੀ ਆ, ਤੁਹਾਡੇ 'ਤੇ ਡਿਪੈਂਡ ਕਰੂਗਾ। ਮੰਨ ਲਓ ਜਿਵੇਂ ਮੈਂ 48 ਇੰਚ ਲੈਂਥ ਰੈਡੀ ਰੱਖਣੀ ਆ, ਤਾਂ ਮੈਂ 1.5-2 ਇੰਚ ਦਾ ਮਾਰਜਨ ਨੀਚੇ ਨੂੰ ਕਰੂੰਗੀ, ਤਾਂ ਇੱਥੋਂ ਡਬਲ ਫੋਲਡਿੰਗ ਕਰ ਦੂੰਗੀ। ਦੇਖੋ ਆਹ ਦੇਖੋ 50 ਤੋਂ ਮੈਂ ਡਬਲ ਫੋਲਡਿੰਗ ਕਰ ਦੂੰਗੀ ਇਸ ਤਰ੍ਹਾਂ। ਬਿਲਕੁਲ ਬਰਾਬਰ ਕਰਕੇ ਚੱਲਣਾ ਦੇਖੋ ਇਸ ਤਰ੍ਹਾਂ। ਤੁਸੀਂ ਦੁਬਾਰਾ ਇਹਨੂੰ ਮਿਣ ਵੀ ਸਕਦੇ ਹੋ, ਕਈ ਵਾਰ ਕਈ ਲੈਂਥ ਆਪਣੀ ਘੱਟ ਵੱਧ ਸਕਦੀ ਆ, ਜਾਂ ਤੁਸੀਂ ਉੱਪਰੋਂ ਇਕੱਠਾ ਕੱਪੜਾ ਉਤਾਰ ਸਕਦੇ ਹੋ ਦੇਖੋ ਇਸ ਤਰੀਕੇ ਨਾਲ। ਮੰਨ ਲਓ ਉੱਪਰੋਂ ਆਪਣੇ 17 ਇੰਚ ਪੀਸ ਬਚ ਰਿਹਾ, ਤਾਂ ਮੈਂ ਇਹਨੂੰ ਇੱਥੋਂ 17 ਇੰਚ ਦਾ ਪੀਸ ਉਤਾਰ ਦੂੰਗੀ, ਕਿਉਂਕਿ ਨਾਲ ਤਾਂ ਆਪਣੇ ਕਟਿੰਗ ਦੇ ਵਿੱਚ ਕੋਈ ਫਰਕ ਨਹੀਂ ਰਹੂਗਾ। ਕਈ ਵਾਰ ਜਦੋਂ ਆਪਾਂ ਡਬਲ ਪਣੇ ਦੇ ਵਿੱਚ ਕੱਪੜਾ ਹੁੰਦਾ, ਇੱਕਦਮ ਆਪਣਾ ਇਕੱਠਾ ਨਹੀਂ ਬੈਠਦਾ, ਇੱਧਰੋਂ ਉੱਧਰੋਂ ਉਹਦੀ ਖਿੱਚ ਪੈ ਜਾਂਦੀ ਆ, ਤਾਂ ਆਪਾਂ ਨੇ ਪਹਿਲਾਂ ਇਹਨੂੰ ਮਿਣ ਕੇ 17 ਇੰਚ ਪੀਸ ਵੱਧਦਾ ਸੀ ਆਪਾਂ ਨੇ ਉਹ ਉਤਾਰ ਦੇਣਾ। ਦੇਖੋ ਆਪਣੇ ਇਹ 17 ਇੰਚ ਬਾਡੀ ਦਾ ਉੱਪਰ ਕਰਕੇ ਆਪਣੇ ਆਹ ਵਾਲਾ ਹਿੱਸਾ ਮੈਂ ਇੱਕ ਵਾਰ ਦੁਬਾਰਾ ਫਿਰ ਰਿਪੀਟ ਕਰ ਦਿੰਦੀ ਹਾਂ। ਦੇਖੋ ਆਪਾਂ ਨੇ ਇਸ ਤਰ੍ਹਾਂ 17 ਇੰਚ ਕੱਢ ਲਿਆ ਬਾਡੀ ਵਾਲਾ ਉੱਪਰਲਾ, ਜਿੰਨੀ ਬਾਡੀ ਆਪਣੇ ਰੈਡੀ ਰੱਖਣੀ ਆ, ਨੀਚੇ ਨੂੰ ਆਪਣੇ ਆਹ ਪੀਸ ਬਚ ਗਿਆ, ਆਪਣੇ ਜਿੰਨੀ ਲੈਂਥ ਦਾ ਤਿਆਰ ਰੱਖਣਾ ਗਾ, ਉਸ ਹਿਸਾਬ ਦੇ ਨਾਲ ਆਪਾਂ ਬਰੀਕ ਇਹਦੀ ਫੋਲਡਿੰਗ ਕਰਾਂਗੇ। ਦੇਖੋ ਇਸ ਤਰੀਕੇ ਨਾਲ ਨੀਚੇ ਤੋਂ ਫੋਲਡਿੰਗ ਕਰਨੀ ਆ। ਹੁਣ ਇਹਨੂੰ ਮੈਂ ਸੈਂਟਰ ਦੇ ਵਿੱਚ ਉਹਦੀ ਕਟਿੰਗ ਕਰ ਦੂੰਗੀ, ਤੇ ਜਿਹੜਾ ਦਾ ਪਲੇਨ ਹਿੱਸਾ ਗਾ ਸਾਈਡਾਂ ਦੇ ਬਚਿਆ ਹੋਇਆ ਦੇਖੋ ਉਹਨੂੰ ਆਪਾਂ ਨੇ ਉਤਾਰ ਦੇਣਾ ਗਾ। ਆਪਾਂ ਇਹਦੇ ਵਿੱਚ ਬਲ ਪਾ ਕੇ ਇਹਨੂੰ ਰੈਡੀ ਕਰਨਾ ਗਾ। ਬਿਲਕੁਲ ਈਜ਼ੀ ਕਟਿੰਗ ਦੇ ਵਿੱਚ ਦੱਸ ਰਹੇ ਹਾਂ ਤੁਹਾਨੂੰ, ਦੇਖੋ ਇਹਦੇ ਵਿੱਚ ਅਸੀਂ ਕੋਈ ਨਹੀਂ ਇੱਦਾਂ ਦਾ ਰੱਖਦੇ ਹੈਗੇ ਵੀ ਜਿਹਦੇ ਵਿੱਚ ਤੁਹਾਨੂੰ ਨਹੀਂ ਪਤਾ ਚੱਲੂਗਾ। ਪ੍ਰੋਪਰ ਜਿਸ ਤਰ੍ਹਾਂ ਅਸੀਂ ਕਟਿੰਗ ਕਰਕੇ ਰੈਡੀ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਤੁਹਾਨੂੰ ਦੱਸਦੇ ਹਾਂ। ਇਹ ਪਲੇਨ ਆਪਾਂ ਨੇ ਕੱਪੜਾ ਦਾ ਉਤਾਰਤਾ, ਇੱਕਦਮ ਆਪਾਂ ਬਰਾਬਰ ਕਰ ਲਾਂਗੇ ਦੇਖੋ ਇਹਨੂੰ, ਇਸ ਤਰ੍ਹਾਂ ਬਰਾਬਰ ਕਰਕੇ ਇਹਨੂੰ ਸੈਂਟਰ ਦੇ ਵਿੱਚ ਇਹਦੀ ਆਪਾਂ ਕਟਿੰਗ ਕਰ ਦੇਣੀ ਆ। ਬਿਲਕੁਲ ਇਸ ਤਰ੍ਹਾਂ ਬਰਾਬਰ ਕਰ ਲਾਂਗੇ ਦੇਖੋ ਆਪਾਂ ਇਹਨੂੰ। ਜਿਹੜਾ ਆਪਾਂ ਨੇ ਗੋਲ ਹਿੱਸਾ ਨੀਚੇ ਵਾਲਾ ਇਹਦਾ ਉਹਦੀ ਇਹਦੀ ਆਪਾਂ ਕਟਿੰਗ ਕਰ ਦਾਂਗੇ। ਦੇਖੋ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਿਆ ਜਮਾਂ ਚੰਗੀ ਤਰ੍ਹਾਂ ਆਪਾਂ ਨੇ। ਹੁਣ ਆਪਾਂ ਇਹਨੂੰ ਸੈਂਟਰ ਦੇ ਵਿੱਚ ਉਹਦੀ ਕਟਿੰਗ ਕਰ ਦੇਣੀ ਹੈ ਤੇ ਇਹਨੂੰ ਬਲ ਪਾ ਕੇ ਆਪਾਂ ਰੈਡੀ ਕਰਾਂਗੇ। ਆਪਾਂ ਨੇ ਬਲ ਪਾਉਣੇ ਆ ਜਿਸ ਤਰ੍ਹਾਂ ਆਪਾਂ ਸਲਵਾਰ ਦੇ ਬਲ ਪਾਉਣੇ ਆ ਉਸ ਤਰੀਕੇ ਦੇ ਨਾਲ ਆਪਾਂ ਨੇ ਬਲ ਪਾਉਣੇ ਆ, ਖਿੱਚਵੇਂ ਬਲ ਨਹੀਂ ਪਾਉਣੇ ਇਹਦੇ।
ਆ ਦੇਖੋ ਹੁਣ ਦੇਖੋ ਇਹਨੂੰ ਆਪਾਂ ਨੇ ਆਹਦਾ ਇੱਕ ਹਿੱਸਾ ਆਪਣਾ ਹੋ ਗਿਆ ਬੈਕ ਦਾ, ਜਿਹੜਾ ਆਪਣੇ ਬੈਕ ਤੋਂ ਘੇਰਾ ਬਣੂਗਾ ਇਹਦਾ ਜਿੰਨਾ। ਹੁਣ ਆਪਾਂ ਇਹਨੂੰ ਫਰੰਟ ਵਾਲਾ ਹੋਊਗਾ ਜਿਹੜਾ, ਆਪਾਂ ਫਰੰਟ ਵਾਲੇ ਨੂੰ ਸੈਂਟਰ ਦੇ ਵਿੱਚੋਂ ਕਟਿੰਗ ਕਰਨਾ ਗਾ, ਜਿਹਦੇ ਨਾਲ ਆਪਣਾ ਸੈਂਟਰ ਕੱਟ ਬਣੂਗਾ। ਆ ਦੇਖੋ ਇਹਨੂੰ ਮੈਂ ਸੈਂਟਰ ਦੇ ਵਿੱਚੋਂ ਇਹਨੂੰ ਕਟਿੰਗ ਕਰ ਦੂੰਗੀ। ਅਸੀਂ ਆਪਣੇ ਬੰਨ ਪੀਸ ਸ਼ਰੱਗ ਦੀ, ਮੰਨ ਲਓ ਡਰੈਸ ਦੀ ਕਟਿੰਗ ਸੀਗੀ, ਬੰਨ ਪੀਸ ਸੀਗਾ, ਸੈਂਟ ਉੱਪਰੋਂ ਬੰਦ ਰਹੂਗਾ ਬਾਡੀ ਦੇ ਕੋਲੋਂ ਅਤੇ ਨੀਚੇ ਤੋਂ ਓਪਨ ਰਹੂਗਾ। ਜੇ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਿਓ।